ਹਾਲ ਜੀ ਸਾਰਿਆਂ ਦਾ ਅੱਜ ਚੱਲੇ ਹਾਂ ਲੁਧਿਆਣੇ ਤੋਂ ਪਹਿਲਾਂ ਕਿਉਂਕਿ ਸਾਰੇ ਆਲੂ ਲੈ ਕੇ ਆਉਣੇ ਆ ਅਤੇ ਲੁਧਿਆਣੇ ਦੋ ਕੋਲਡ ਸਟੋਰਾਂ 'ਚ ਪਿਆ ਵਾ 2000 ਬੈਗ ਨਾ ਕਿਤੇ ਸਟੋਰ 'ਚ ਜਗ੍ਹਾ ਨਹੀਂ ਸੀਗੀ ਮੁੱਲਾਂਪੁਰ ਉਦੋਂ ਅਤੇ ਫਿਰ ਉੱਥੇ ਰੱਖਣੇ ਪਏ ਸੀਗੇ ਲੁਧਿਆਣੇ ਅਤੇ ਹੁਣ ਪ੍ਰੋਬਲਮ ਇਹ ਆ ਕਿ ਲੁਧਿਆਣੇ ਜਾਣ ਨੂੰ ਸਾਡੇ ਜਿਹੜੇ ਰਾਹ ਵਾ ਜਿੰਨੇ ਰਾਹ ਵਾ ਸਾਰੇ ਪੱਟੇ ਹੋਏ ਹੁਣ ਜੰਮੀ ਬਾਈ ਨੂੰ ਰਾਹ ਦਿਖਾਉਣ ਚੱਲਿਆ ਵਾਂ ਉੱਧਰ ਦੀ ਫਿਰੋਜ਼ਪੁਰ ਰੋਡ ਤੋਂ ਜਿਹੜਾ ਟੂਲ ਪਲਾਜ਼ੇ ਵੱਲ ਕਿ ਉਹ ਦਿਖਾ ਕੇ ਲਿਆਉਣਾ ਇਹਨੂੰ ਰਾਹ ਕਿ ਫਿਰ ਉੱਧਰ ਦੀ ਚਲੋ ਵਧੀਆ ਰਾਹ ਵਾ ਉਹ ਖੁੱਲ੍ਹਾ ਰਾਹ ਵਾ ਜਾਣੀ ਕਿ ਹੈ ਤਾਂ ਹੈਗਾ ਦੂਰ ਜ਼ਰੂਰ ਪਊਗਾ ਪਰ ਚਲੋ ਕੋਈ ਦੂਰ ਪੈ ਜੂਗਾ ਵੀ ਰਾਹ ਟਰੇਡਰਾਂ ਨੂੰ ਕੋਈ ਔਖਾ ਨਹੀਂ ਹੋਊਗਾ ਆਰਾਮ ਨਾਲ ਸਾਫ਼ ਰਾਹ ਵਾ ਉੱਧਰ ਦੀ ਵਧੀਆ ਆ ਜਾਣ ਦੋਨੇ ਚਲਾਈਆਂ ਸੀ ਪਰ ਖੇਤ ਫਿਰ ਬਹੁਤ ਗਿੱਲਾ ਫਿਰ ਸਿੱਟਣਾ ਪੈਣਾ ਮੈਨੂੰ ਲੱਗਦਾ ਇਹ ਖੱਲਾ ਸੁੱਕਣ 'ਚ ਨਹੀਂ ਆ ਰਿਹਾ ਪਤਾ ਨਹੀਂ ਕੀ ਹੋਇਆ ਹੋਇਆ ਹੁਣ ਤੈਨੂੰ ਤਾਂ ਮੈਂ ਲੈਣ ਆਇਆ ਸੀ ਵੀ ਨਾਲ ਚੱਲ ਮੇਰੇ ਉਹ ਤੇ ਰਾਹ ਦੇਖ ਆਈਏ ਇਹ ਤਾਂ ਲੈ ਜਾਣਗੇ ਆਪੇ ਵਾਧੂ ਹੈ ਤਾਂ ਹੈਗੇ ਉਹੀ ਤਾਂ ਗੱਲ ਇਹ ਗੁਗਨੀ ਭਰਾ ਤਾਂ ਤੁਸੀਂ ਇਹ ਆੜੂਗਾ ਪੱਕਾ ਦਿਨ ਆ ਤਾਂ ਵੱਢਿਆ ਜਾਣਾ ਗ੍ਰਿਲ ਮੇਲ ਬਾਈ ਕਢਾ ਦੋਗੇ ਟਰੈਕਟਰ ਅਸੀਂ ਮੈਂ ਇਹਨੂੰ ਨਾ ਰਾਹ ਦਿਖਾ ਕੇ ਲਿਆਉਣਾ ਜੰਮੀ ਬਾਈ ਨੂੰ ਉੱਥੇ ਮੁੜ ਕੇ ਬੱਤੀਆਂ ਹੋ ਜਾਣਗੀਆਂ ਰਾਹ ਦਾ ਪਤਾ ਲੱਗਣਾ ਹਨੇਰੇ 'ਚ ਆਹ ਦੇਖ ਲਓ ਆਪਾਂ ਦਾ ਨਾ ਯਾਨੀ ਕਿ ਜਿਹੜੀ ਐਲ ਆਰ ਦੀ ਐਤਕੀ ਚਲੋ ਮੀਂਹ ਪੈ ਕਰਕੇ ਥੋੜ੍ਹਾ ਆਲੂ ਜਿਹੜਾ ਉਹ ਹੁੰਦੀ ਆ ਕਾਟ ਵਾਟ ਉਹ ਖਰਾਬ ਹੋ ਜਾਂਦਾ ਅਤੇ ਆਪਾਂ ਤਾਂ ਸਾਰਾ ਆਲੂ ਰੱਖ ਲਈਦਾ ਕਾਟ ਵਾਟ ਕਿਉਂਕਿ ਨਵਾਂ ਬੀਜ ਸੀਗਾ ਬਿਲਕੁਲ ਜਿਵੇਂ ਇਹ 150 ਵੱਟੂ ਸੀ ਜੇ 150 'ਚ 100 ਵੀ ਤਿਆਰ ਹੋ ਗਿਆ ਤਾਂ ਵੀ ਬੀਜ ਪੂਰਾ ਵਧੀਆ ਬਣ ਗਿਆ ਸਾਰਾ ਕੁਛ ਇਹਦੇ ਵਿੱਚ ਭਰਿਆ ਜਾਂਦਾ ਭਰ ਕੇ ਰੱਖ ਲਈ ਦੱਸੋ ਇਹ ਕਦੇ ਨਹੀਂ ਆਪਾਂ ਵੇਚਿਆ ਇਹਦੇ ਬਾਅਦ ਜਿਹੜੇ ਨਵੇਂ ਬੀਜ ਆ ਇਹਦੇ ਵਿੱਚੋਂ ਨਾ ਜਿਤਨਾ ਆਹ ਵੱਡਾ ਵੱਡਾ ਆਲੂ ਆ ਸਾਰਾ ਉਠਾ ਲੈਣਾ ਉਸਕੇ ਬਾਅਦ ਇਸਕਾ ਕੱਟ ਕੇ ਇਸਕੋ ਬਿਜਾਈ ਕਰੇਂਗੇ ਇੰਨੀ ਵੱਡਾ ਆਲੂ ਮਸ਼ੀਨ 'ਚ ਫਸੂਗਾ ਪਹਿਲਾਂ ਛਾਂਟੀ ਕਰ ਲਓ ਛਾਂਟੀ ਕਰਕੇ ਵੱਡਾ ਵੱਡਾ ਆਲੂ ਸਾਰਾ ਚੱਕ ਲਿਆ ਇਹਦੇ ਵਿੱਚ ਕਿਉਂਕਿ ਛਾਂਟੀ ਕਰਕੇ ਨਹੀਂ ਰੱਖਿਆ ਐਵੇਂ ਹੀ ਢੇਰ ਤੋਂ ਇਕੱਠਾ ਕਰਕੇ ਰੱਖਿਆ ਇਹਦਾ ਇਹਨੂੰ ਸਾਰੇ ਨੂੰ ਇਕੱਲੇ ਇਕੱਲੇ ਨੂੰ ਚੱਕ ਲਓ ਜਿਹੜੇ ਵੱਡੇ ਵੱਡੇ ਪੀਸ ਪਹਿਲਾਂ ਫੋਲ ਕੇ ਛਾਂਟੀ ਕਰ ਲਓ ਛਾਂਟੀ ਕਰਨ ਤੋਂ ਬਾਅਦ ਇਹਨੂੰ ਸਾਰੇ ਨੂੰ ਸਾਫ਼ ਕਰ ਲਓ ਇਹਨੂੰ ਦਵਾਈ ਦਵੂਈ ਬਾਅਦ 'ਚੋਂ ਲਾਵਾਂਗੇ ਪਹਿਲਾਂ ਸਮਾਰ ਕੇ ਛਾਂਟੀ ਕਰੋ ਪਤਲਾ ਰੱਖੋ ਇਹਨੂੰ ਮੋਟਾ ਨਾ ਫੁੱਲੋ ਵੀ ਜਿਹੜਾ ਸਮਾਰ ਕੇ ਛਾਂਟੀ ਹੋ ਜੂਗਾ ਦੇਖ ਕੇ ਉਹ ਗੋਲੀ ਆ ਐਲ ਆਰ ਦੀ ਲਾਲ ਆਲੂ ਦੀ ਹੋਈ ਹੈ ਨਾ ਉਹ ਠੀਕ ਇਹਨੂੰ ਹਰੇ ਹੁਣ 'ਚ ਕੋਈ ਪ੍ਰੋਬਲਮ ਨਹੀਂ ਹੈਗੀ ਪੂਰਾ ਵਧੀਆ ਹੋ ਜਾ ਹਰਾ ਹੋ ਜਾਣਾ ਕਿਉਂਕਿ ਲਾਸਟ ਈਅਰ ਮੀਂਹ ਦੇ ਕਰਕੇ ਹੀ
ਥੋੜ੍ਹਾ ਸੀਗਾ ਖਰਾਬ ਹੋਇਆ, ਨਹੀਂ ਤਾਂ ਅੱਗੇ ਤਾਂ ਕਦੇ ਖਰਾਬ ਨਹੀਂ ਹੁੰਦਾ, ਪੂਰਾ ਵਧੀਆ ਹੀ ਰਹਿੰਦਾ, ਕੁਛ ਨਹੀਂ ਹੁੰਦਾ। ਜੇ ਜਾਣੀ ਕਿ ਨਵਾਂ ਬੀਜ ਲੈਣ ਜਾਵਾਂਗੇ 7 ਰੁਪਏ ਦਾ ਟਿਊਬਰ ਮਿਲਦਾ, ਠੀਕ ਨਹੀਂ, 7 ਰੁਪਏ ਦਾ ਟਿਊਬਰ ਲੈ ਕੇ ਬੀਜਣਾ ਹੁੰਦਾ। ਇਹ ਪੂਰਾ ਨਵਾਂ ਬੀਜ ਸੀਗਾ ਆਪਣਾ, ਉਹਦੇ ਨਾਲੋਂ ਬਹੁਤ ਵਧੀਆ ਆਲੂ ਹੈ, ਕੋਈ ਪ੍ਰੋਬਲਮ ਨਹੀਂ ਹੈਗੀ। ਸਾਂਡੀ ਕਰਕੇ ਆਪਾਂ ਇਹਨੂੰ ਬਿਜਾਈ ਕਰ ਲੈਣੀ, ਪਖਰਾਜ ਦਾ ਬੀਜ ਦੇ ਜਿਹੜਾ ਨਵਾਂ ਬੀਜ ਆ ਪਖਰਾਜ, ਉਹਦੀ ਵੀ ਕਦੀ ਕਾਟ ਵਾਟ ਸਿੱਟੀ ਨਹੀਂ ਹੈਗੀ, ਉਹ ਵੀ ਰੱਖ ਲੈਂਦਾ ਉਹਨਾਂ ਸਾਂਭ ਕੇ, ਜਿਹੜੀ ਮਰਜ਼ੀ ਜਨਰੇਸ਼ਨ ਹੋ ਨਵੀਂ ਬੀਜ ਹੋਵੇ, ਜਿਹੜਾ ਮਰਜ਼ੀ ਸਾਂਭ ਕੇ ਰੱਖ ਲਈਦਾ। ਬਸ ਇਹਨੂੰ ਟ੍ਰੀਟਮੈਂਟ ਵਧੀਆ ਕਰਕੇ ਬੀਜ ਦੇਣਾ, ਐਵੇਂ ਅਸੀਂ ਚੁੱਕ ਲੈਂਦੇ ਹੁੰਦੇ ਵਿੱਚੋਂ ਮੋਟਾ ਮੋਟਾ, ਆਹ ਚੁੱਕ ਕੇ ਰੱਖਿਆ ਹੋਇਆ, ਫਿਰ ਜਦੋਂ ਬਿਜਾਈ ਕਰਨੀ ਆ ਬਿਜਾਈ ਤੋਂ ਪਹਿਲਾਂ ਵੱਢ ਲੈਣਾ, ਕੋਈ ਪ੍ਰੋਬਲਮ ਨਹੀਂ ਆਉਂਦੀ। ਕਿਉਂਕਿ ਜਿਹੜਾ ਕੰਪਨੀ ਆ ਨਾ, ਕੰਪਨੀ ਵੀ ਜਿਹੜਾ ਨਵਾਂ ਬੀਜ ਹੁੰਦਾ ਉਹਦੇ ਵਿੱਚੋਂ ਵੀ ਛੋਟੇ ਆਲੂ ਚੁਕਵਾ ਦਿੰਦੇ ਆ, ਯਾਨੀ ਕਿ ਕਾਟ ਵਾਟ ਉਹਦਾ ਵੀ ਰਖਾ ਦਿੰਦੀ ਆ ਕੰਪਨੀ ਜਿਹੜੀ ਐਨ ਜਨਰੇਸ਼ਨ ਹੁੰਦੀ। ਹਾਂ, ਇਹਦਾ ਹੀਟਰ ਖਰਾਬ ਕਰਤਾ ਬੰਦਿਆਂ ਨੇ ਹਜੇ ਕੰਮ, ਬਾਹਲਾ ਦੁਖੀ ਕਰਦੇ ਆ ਬੰਦੇ ਯਾਰ। ਕਿੰਨੀ ਵਾਰ, 2-3 ਦਿਨਾਂ 'ਚ ਕਿੰਨੀ ਵਾਰ ਹੀਟਰ ਖਰਾਬ ਕਰਤਾ, ਅੱਡ ਅੱਡ ਡਰਾਈਵਰ ਬਣ ਜਾਂਦੇ। ਬਾੜੀ ਵੀ ਲਾਤੀ ਆਪਾਂ ਸਾਰੀ, ਲਸਣ ਬੀਜਤਾ, ਗਾਜਰਾਂ ਬੀਜਤੀਆਂ, ਸਾਰਾ ਸਾਲ ਫਿਰ ਲਸਣ ਘਰ ਦਾ ਹੀ ਚੱਲਦਾ, ਮੁੱਲ ਨਹੀਂ ਲੈਣਾ ਪੈਂਦਾ। ਬਰਸੀਮ ਵੀ ਬੀਜਿਆ ਗਿਆ, ਲਸਣ ਬੀਜਤਾ, ਗਾਜਰਾਂ ਵੀ, ਗੋਭੀ ਵੀ, ਗੋਭੀ ਵਗੈਰਾ ਹੋਰ ਸਬਜ਼ੀਆਂ ਉੱਧਰ ਪਿੰਡ ਲਾਈਆਂ ਹੈ।